दिल्ली इकट्ठ परेशान करूंगा और फसलों के फैसले किसान करूंगा। ਕੱਤੀਆਂ ਨੂੰ ਸਿਰ ਝੁਕਦਾ ਸਾਡਾ ਔਰ ਝੁਕਦਾ ਰਹੂਗਾ। ਇਹਨਾਂ ਕੱਤੀਆਂ ਦੇ ਕੇ ਚੂ ਕਰੋੜ ਹੋਣਗੇ ਤੇਰੀ ਧਾਨ ਦੇ ਜੋ ਮਰ ਕੇ ਬਣਗੇ ਦੇਖ ਕੇ ਜਿਵੇਂ ਉਹ ਬਾਪੂ ਸਾਹਮਣੇ ਸਾਡਾ ਸਿੰਘ ਸਰਦਾਰ ਖੜਾ ਹੈ
ਇਹਨਾਂ ਦੇ ਮਣਗੇ ਦੇਖ ਹੀ ਪਤਾ ਲੱਗਦਾ ਕਿ ਕਿੱਥੇ ਸਥਾਨ ਰੱਖੇ, ਇੱਕ ਟਕਾ ਆ ਗਿਆ ਜ਼ਿੰਦਗੀ ਚ। ਉਮਰ ਉਮਰ ਦੇ ਨਾਲ ਹੁੰਦਾ, ਇਹਨਾਂ ਕੋਲੇ ਹੋਸ਼ ਹੈ ਤੇ ਜਵਾਨੀ ਕੋਲੇ ਰੱਜ ਕੇ ਜੋਸ਼ ਹੈ। ਤਾਂ ਮਾਲਾ ਦੇ ਮਣਕੇ ਨੂੰ ਫਰੋਕ ਕੇ ਚੱਲਿਓ ਦੋਨੇ ਚੀਜ਼ਾਂ ਨੂੰ। ਅਸੀਂ ਵੀ ਸੱਚੇ ਪਾਤਸ਼ਾਹ ਜਿੱਥੇ ਜਿੱਥੇ ਸਾਨੂੰ ਇਹਨੇ ਜੋਗਾ ਕਰੂਗਾ ਅਸੀਂ ਨਾਲ ਖੜੇ ਹਾਂ। ਔਰ ਮੋਰਚਾ ਜਿਵੇਂ ਬਾਈ ਹੁਣੀ ਕਹਿੰਦੇ ਸੀ ਲੰਬਾ ਹੈ ਤਾਂ ਬਾਪੂ ਭੱਜਦੇ ਨੇ, ਹਾਂ ਅਸੀਂ ਭੱਜਦੇ ਨੇ ਉਹ ਸੱਚੇ ਪਾਤਸ਼ਾਹ ਦੇ ਮੁੱਖਾਂ ਤੇ। ਜ਼ਰੂਰ ਕਰਕੇ ਜਾਵਾਂਗੇ ਉਸ ਮਹਾਰਾਜਾ ਕੇ, ਇਹਨਾਂ ਬਜ਼ੁਰਗਾਂ ਦੀਆਂ ਸਿਹਤਾਂ ਤੰਦਰੁਸਤ ਰੱਖੇ, ਸਾਰੀ ਜਵਾਨੀ ਨੂੰ ਤੰਦਰੁਸਤ ਰੱਖੇ, ਸਭ ਜਿਹੜੇ ਜਿਹੜੇ ਵੀ ਜ਼ਿੰਮੇਵਾਰ ਹੈ। ਮੀਡੀਆ ਸਾਡਾ ਤੁਹਾਡਾ ਬਹੁਤ ਵੱਡਾ ਰੋਲ ਰਹਿਣਾ ਸਦਨੋਂ, ਹੁਣ ਬੜੀ ਇਮਾਨਦਾਰੀ ਨਾਲ, ਬੜੀ ਇਮਾਨਦਾਰੀ ਨਾਲ ਆਹ ਜਿਹੜੇ ਹੁਣ ਦੋ ਤਿੰਨ ਮਹੀਨੇ ਦਾ, ਚਾਰ ਮਹੀਨੇ, ਛੇ ਮਹੀਨੇ ਮਹਾਰਾਜ ਜਾਣਦੇ ਜਦੋਂ ਤੱਕ ਦਾ ਵੀ ਇਹ ਸੰਘਰਸ਼ ਹੋਊਗਾ। ਮੇਰੇ ਭਰਾ ਬਣ ਕੇ ਤੁਸੀਂ ਦੇਸੀ ਘਿਓ ਵਰਗੀਆਂ ਖ਼ਬਰਾਂ ਸੁਣਾਇਓ ਪੰਜਾਬ ਨੂੰ, ਕੁਛ ਵੀ ਉਹ ਬਸ ਇੰਨੀਆਂ ਗੱਲਾਂ ਕਰਨੀਆਂ ਸੀ ਮੈਂ ਤੁਹਾਡੇ ਨਾਲ, ਤੇ ਬਾਕੀ ਅਸੀਂ ਆਉਂਦੇ ਰਹਾਂਗੇ ਬਾਪੂ ਜੀ, ਤੇ ਬਾਕੀ ਤੁਸੀਂ ਹੱਕ ਰੱਖਦੇ ਹੋ ਸਾਨੂੰ ਜੋ ਵੀ ਤੁਸੀਂ ਗੱਲ ਸੁਣਾ ਦਿਓ ਜੀ। ਮੇਰੀ ਦਸ ਪੰਦਰਾਂ ਦਿਨ ਪਹਿਲਾਂ ਹੀ ਇੱਕ ਗੀਤ ਸੀ, ਅੱਖਾਂ ਖੋਲ ਪੰਜਾਬ ਸਿਆਂ ਤੇਰੇ ਘਰ ਚ ਲੁਟੇਰੇ ਵੜ ਗਏ। ਇਹ ਤਾਂ ਨੀ ਕਹਿ ਸਕਦੇ ਕਿ ਲੁਟੇਰੇ ਆ, ਬਿੱਲ ਪਾਸ ਹੋ ਬੜੇ ਬੜੇ ਆ, ਇੱਥੇ ਤਾਂ ਬਹੁਤ ਟਾਈਮ ਦੇ ਬੜੇ ਨੇ, ਬਹੁਤ ਟਾਈਮ ਦੇ ਬੜੇ ਵਿਅਸਰ। ਉਹ ਜਿਵੇਂ ਕਹਿੰਦੇ ਹੁੰਦੇ ਨਾ ਬਾਬੇ ਦੀ ਬਾਣੀ ਬੋਲਦੀ ਹੈ, ਤਪੋ ਰਾਤ ਤੇ ਰਾਜੋ ਨਰਕ, ਇੱਥੇ ਬੜੇ ਤਪਸਵੀ ਆਏ ਵੀ ਉਹਨਾਂ ਨੂੰ ਸਖਤ ਬਖਸ਼ੇ। ਪਰ ਮਜੂਸੀ ਇੱਥੇ ਆ ਕੇ ਉਹਨਾਂ ਰਾਜ ਭਾਗਾਂ ਤੇ ਬਹਿ ਕੇ, ਉਹਨਾਂ ਤਖਤਾਂ ਤੇ ਬਹਿ ਕੇ ਰਾਜ ਕਰਨਾ ਨੀ ਆਇਆ, ਤੇ ਅਖੀਰ ਤੇ ਆ ਕੇ ਜਿਹੜੀ ਫਿਰ ਰਾਜੋ ਨਰਕ ਵਾਲੀ ਮਾਤ ਹੈ ਉਹ ਕੌਣ ਉਠਵਾ ਸਕਦਾ ਹੈ। ਉਧਰ ਦੀਆਂ ਤਿਆਰੀਆਂ ਉਹਨਾਂ ਸਭ ਤਾਂ ਗੀਤ ਦੇ ਬੋਲ ਸੀ। ਵਾਹਿਗੁਰੂ ਜੀ ਕਾ ਖਾਲਸਾ।